ਵਿਆਹ ਸਮਾਰੋਹ ਵਿੱਚ ਮਨਾਹੀ ਦੇ ਬਾਵਜੂਦ ਵੀ ਆਪਣੀ ਨਵਾਬਜ਼ਾਦੀ ਦੇ ਸ਼ੌਂਕ ਰੱਖਣ ਵਾਲੇ ਆਪਣੀ ਖੁਸ਼ੀ ਦਾ ਇਜ਼ਹਾਰ ਗੋਲੀਆਂ ਚਲਾ ਕੇ ਕਰਨ ਤੋਂ ਬਾਜ਼ ਨਹੀਂ ਆਉਂਦੇ। ਅਨੇਕਾਂ ਵਾਰ ਇਹਨਾਂ ਗੋਲੀਆਂ ਨੇ ਪਤਾ ਨਹੀਂ ਕਿੰਨੇ ਕੁ ਬੇਕਸੂਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ, ਪਰ ਇਸ ਵਾਰ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਕਸਬਾ ਕੋਟਕਪੁਰੇ ਦਾ, ਜਿੱਥੇ ਇੱਕ ਵਿਆਹ ਸਮਾਰੋਹ ਵਿੱਚ ਚੱਲ ਰਹੇ ਲੇਡੀ ਸੰਗੀਤ ਵਿੱਚ ਡੀਜੇ ਉੱਤੇ ਨਸ਼ੇ ਦੀ ਹਾਲਤ ਵਿੱਚ ਨੱਚਦੇ ਹੋਏ ਚਲਾਈ ਗਈ ਗੋਲੀ ਨਾਲ ਵਿਆਹ ਵਿੱਚ ਆਏ ਇੱਕ ਮਾਸੂਮ 8 ਸਾਲਾ ਬੱਚੇ ਬਿਕਰਮਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ। ਇਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਵਿਆਹ ਸਮਾਰੋਹ ਵਿੱਚ ਗੋਲੀ ਚਲਾਉਣ ਵਾਲਾ ਵਿਅਕਤੀ ਵੀਡੀਓਗ੍ਰਾਫਰ ਨੂੰ ਵੀ ਨਾਲ ਲੈ ਕੇ ਮੌਕੇ ਤੇ ਫਰਾਰ ਹੋ ਗਿਆ, ਜੋ ਕਿ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ। ਕੋਟਕਪੁਰੇ 'ਚ ਵਿਆਹ ਸੀ, ਠੀਕ ਹੈ, ਉਸ 'ਚ ਲੇਡੀਜ਼ ਨਹੀਂ ਸੀਗਾ, ਆਨੰਦ ਨਗਰ ਦੇ ਆ, ਕੋਟਕਪੁਰੇ ਦੇ ਰਹਿਣ ਵਾਲੇ ਆ ਜੀ। ਉਸ ਦਾ ਮਾਸੜ ਸੀ ਅਤੇ ਇੱਕ ਲੜਕੇ ਦਾ ਮਾਮਾ ਸੀ, ਉਹਨਾਂ ਤੋਂ ਗੋਲੀ ਲੱਗੀ। ਇੱਕ ਬੱਚਾ ਹੀ ਡੈਥ ਹੋਈ ਹੈ, ਇੱਕ ਬੱਚਾ ਜ਼ਖਮੀ ਹੈ। ਮੁਕੱਦਮਾ ਦਰਜ ਕਰ ਲਿਆ ਜੀ, ਕਾਰਵਾਈ ਚੱਲ ਰਹੀ ਹੈ ਜੀ, ਪੋਸਟਮਾਰਟਮ ਭੇਜ ਦਿੱਤੇ।